ਰੈਡੀ ਸਰਕਾਰੀ ਸੰਸਥਾਵਾਂ ਭਾਵੇਂ ਉਹ ਸਰਕਾਰੀ ਸਕੂਲ ਹੋਣ ਜਾਂ ਸਰਕਾਰੀ ਹਸਪਤਾਲ ਜਾਂ ਕੋਈ ਹੋਰ ਸਰਕਾਰੀ ਦਫ਼ਤਰ ਦਾ ਜ਼ਿਕਰ ਆਉਂਦੇ ਹੀ ਆਮ ਇਨਸਾਨ ਦੇ ਮਨ ਵਿੱਚ ਜੋ ਪਹਿਲੀ ਤਸਵੀਰ ਬਣਦੀ ਹੈ ਉਹ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਡੰਡੀ ਭਾਵੇਂ ਪਿਛਲੇ ਕੁਝ ਸਮੇਂ ਤੋਂ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਦੀਆਂ ਸਹੂਲਤਾਂ ਤੇ ਬੁਨਿਆਦੀ ਢਾਂਚੇ ਵਿੱਚ ਕੋਈ ਬਹੁਤਾ ਖੱਪਾ ਨਹੀਂ ਰਿਹਾ ਸਗੋਂ ਕਈ ਖੇਤਰਾਂ ਵਿੱਚ ਤਾਂ ਸਰਕਾਰੀ ਸੰਸਥਾਵਾਂ ਵਿੱਚ ਪ੍ਰਾਈਵੇਟ ਸੰਸਥਾਵਾਂ ਨਾਲੋਂ ਵਧੀਆ ਤੇ ਆਧੁਨਿਕ ਤਕਨੀਕ ਨਾਲ ਲੈਸ ਬੁਨਿਆਦੀ ਢਾਂਚਾ ਵੀ ਦੇਖਣ ਨੂੰ ਮਿਲਦਾ ਹੈ ਪਰ ਫਿਰ ਵੀ ਆਖਰ ਸਰਕਾਰੀ ਸੰਸਥਾਵਾਂ ਪ੍ਰਤੀ ਆਮ ਇਨਸਾਨ ਦੇ ਮੋਹ ਭੰਗ ਹੋਣ ਦੇ ਕੀ ਕਾਰਨ ਹੋ ਸਕਦੇ ਹਨ ਪ੍ਰਸ਼ਨ ਚੈਨ ਸਵਾਲ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ ਡੰਡੀ ਸਭ ਤੋਂ ਪਹਿਲੀ ਗੱਲ ਤਾਂ ਸਮਝਣ ਵਾਲੀ ਇਹ ਹੈ ਕਿ ਸਾਡਾ ਸਮਾਜ ਅਸਲ ਵਿੱਚ ਹਰੇਕ ਸਮਾਜ ਵਰਗ ਬਹੁਪਰਤੀ ਤੇ ਬਹੁ ਵਰਗੀ ਸਮਾਜ ਹੈ ਡੰਡੀ ਇੱਥੋਂ ਦਾ ਹਰੇਕ ਵਰਗ ਅੱਗੋਂ ਕਈ ਵਰਗਾ ਵਿੱਚ ਵੰਡਿਆ ਹੋਇਆ ਹੈ ਜਿਸ ਦੇ ਬਹੁਤ ਸਾਰੇ ਰਾਜਨੀਤਿਕ ਆਰਥਿਕ ਸਮਾਜਿਕ ਕਾਰਨ ਹਨ ਡੰਡੀ ਪ੍ਰਾਈਵੇਟ ਸੰਸਥਾਵਾਂ ਵਿੱਚ ਪਹੁੰਚ ਕਰਨੀ ਆਮ ਤੌਰ ਉੱਤੇ ਸਰਕਾਰੀ ਸੰਸਥਾਵਾਂ ਨਾਲੋਂ ਆਰਥਿਕ ਤੌਰ ਉੱਤੇ ਖੁਸ਼ਹਾਲ ਤਬਕੇ ਦੇ ਹਿੱਸੇ ਆਉਂਦੀ ਹੈ ਡੰਡੀ ਇਸ ਲਈ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਪਹੁੰਚ ਦੇ ਆਧਾਰ ਉੱਤੇ ਦੋ ਅਲੱਗ-ਅਲੱਗ ਵਰਗਾਂ ਦੀ ਹੋਣ ਅਸੀਂ ਦੇਖਦੇ ਹਾਂ ਡੰਡੀ ਇਸ ਨਜ਼ਰੀਏ ਨਾਲ ਅਸੀਂ ਇਹ ਨਤੀਜਾ ਕਰਦੇ ਹਾਂ ਕਿ ਰੈਡੀ ਕੋਈ ਵੀ ਸਮਾਜਿਕ ਮਸਲਾ ਆਪਣੇ ਆਪ ਵਿੱਚ ਸੁਤੰਤਰ ਨਹੀਂ ਹੁੰਦਾ ਸਗੋਂ ਬਹੁਤ ਸਾਰੇ ਹੋਰ ਮਸਲਿਆਂ ਦੀ ਇੱਕ ਕੜੀ ਹੁੰਦਾ ਹੈ ਟੰਡੀ ਇਸ ਲਈ ਇਹ ਗੁੰਜਲ ਨੂੰ ਸੁਲਝਾਉਣ ਲਈ ਬਹੁ ਪੱਖੀ ਨਜ਼ਰੀਆ ਅਪਣਾਉਣ ਦੀ ਲੋੜ ਹੈ ਡੰਡੀ ਇਸ ਗੁੰਝਲਦਾਰ ਗੁੱਛੇ ਦੀ ਇੱਕ ਉਲਝਣ ਨੂੰ ਇਕੱਲੇ ਤੌਰ ਉੱਤੇ ਠੀਕ ਤਰੀਕੇ ਨਾਲ ਨਹੀਂ ਸੁਲਝਾਇਆ ਜਾ ਸਕਦਾ ਡੰਡੀ ਕਾਫੀ ਲੰਮੇ ਸਮੇਂ ਤੋਂ ਦਰਕਨਾਰ ਕੀਤੇ ਗਏ ਮਸਲੇ ਜੋ ਕੇ ਸਮੇਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਉੱਤੇ ਆਉਣ ਲੱਗੇ ਹਨ ਇਸ ਨੂੰ ਇੱਕ ਸ਼ੁਭ ਸੰਕੇਤ ਦੇ ਤੌਰ ਉੱਤੇ ਲਿਆ ਜਾ ਸਕਦਾ ਹੈ ਡੰਡੀ ਸਿੱਖਿਆ ਦਾ ਮਸਲਾ ਅਜਿਹੇ ਮਸਲਿਆਂ ਵਿੱਚ ਸਭ ਤੋਂ ਅਹਿਮ ਹੈ ਸੋ ਸਰਕਾਰੀ ਸਕੂਲਾਂ ਦੀ ਹੀ ਗੱਲ ਕਰਦੇ ਹਾਂ ਡੰਡੀ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬਹੁਤੇ ਬੱਚਾ ਦਾ ਪਰਿਵਾਰਿਕ ਪਿਸ਼ੋਕੜ ਜਾਂ ਸਮਾਜਿਕ ਆਲਾ-ਦਵਾਲਾ ਬਹੁਤ ਗੰਭੀਰ ਆਰਥਿਕ ਨਾ ਬਰਾਬਰੀ ਦਾ ਸ਼ਿਕਾਰ ਹੁੰਦਾ ਹੈ ਡੰਡੀ ਸਿੱਖਿਆ ਦੇ ਸਿਧਾਂਤਾਂ ਦੇ ਆਧਾਰ ਉੱਤੇ ਗੱਲ ਕਰੀਏ ਤਾਂ ਅਸੀਂ ਜਾਣਦੇ ਹਾਂ ਕਿ ਸਿੱਖਣ ਦੀ ਪ੍ਰਕਿਰਿਆ ਵਿੱਚ ਆਲੇ-ਦਵਾਲੇ ਜਾਂ ਵਾਤਾਵਰਣ ਦਾ ਅਹਿਮ ਰੋਲ ਹੁੰਦਾ ਹੈ ਡੰਡੀ ਆਰਥਿਕ ਨਾ ਬਰਾਬਰੀ ਵਾਲੇ ਹਾਲਾਤ ਦੇ ਬਾਵਜੂਦ ਜੋ ਵਿਦਿਆਰਥੀ ਆਪਣੀ ਬਲੱਖਣ ਪਛਾਣ ਬਣਾਉਣ ਵਿੱਚ ਕਾਮਯਾਬ ਹੋਏ ਹਨ ਉਹਨਾਂ ਦੇ ਸਮੁੱਚੇ ਸਫ਼ਰ ਉੱਤੇ ਨਿਗਾਹ ਮਾਰਿਆ ਸਾਫ਼ ਹੋ ਜਾਂਦਾ ਹੈ ਕਿ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਉੱਤੇ ਉਹਨਾਂ ਨੂੰ ਅਜਿਹਾ ਮਾਹੌਲ ਮਿਲਿਆ ਜੋ ਉਹਨਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੋ ਨਿਬੜਿਆ ਪਰ ਇਹ ਕ੍ਰਾਂਤੀਕਾਰੀ ਤਬਦੀਲੀ